ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਬੀ5 ਚੈਨਲ ਪੰਜਾਬੀ। ਮੈਂ ਇਕਬਾਲ ਸਿੰਘ ਪਕੌੜਾ। ਅਸੀਂ ਅੱਜ ਸਵੇਰੇ 10 ਵਜੇ ਤੋਂ ਸੰਗਰੂਰ ਕੋਰਟ ਦੇ ਵਿੱਚ ਖੜ੍ਹੇ ਹਾਂ, ਜਿਹੜਾ ਕਿ ਲੰਮਾ ਬਹਿਸ ਉਰੇ ਵਕੀਲਾਂ ਵੱਲੋਂ ਕੀਤੀ ਗਈ। ਇੱਕ ਪਾਸੇ ਅਮਨ ਅਰੋੜਾ ਜੀ ਸਵਾਲਾਂ ਦੇ, ਮੀਡੀਆ ਦੇ ਸਵਾਲਾਂ ਦੇ ਬਚਦੇ ਹੋਏ ਭੱਜ ਕੇ ਨਿਕਲ ਗਏ ਨੇ, ਉਹਨਾਂ ਦੇ ਬਚ ਕੇ ਨਿਕਲ ਗਏ ਨੇ। ਦੂਜੇ ਪਾਸੇ ਦੀਪਾ ਜੀ ਦੇ ਵਕੀਲ ਅਤੇ ਦੀਪਾ ਜੀ ਵੱਲੋਂ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਹੈ। ਫੈਸਲੇ 'ਤੇ ਵੀ ਉਹਨਾਂ ਨੇ ਉਮੀਦ ਜਿਤਾਈ ਹੈ ਵੀ ਕੋਰਟ ਵੱਲੋਂ ਜਿਹੜਾ ਫੈਸਲਾ ਹੋਊਗਾ, ਸਾਨੂੰ ਪੂਰੀ ਉਮੀਦ ਆ ਸਾਡੇ ਵਕੀਲਾਂ ਵੱਲੋਂ ਜਿਹੜੀ ਬਹਿਸ ਕੀਤੀ ਗਈ ਆ ਉਹ ਸਾਡੇ ਹੱਕ ਵਿੱਚ ਹੋਊਗੀ। ਫੈਸਲਾ ਕੱਲ੍ਹ ਵਾਸਤੇ ਦਿੱਤਾ ਗਿਆ, ਹੁਣ ਫੈਸਲਾ ਕੀ ਆਊਗਾ ਇਹ ਕੱਲ੍ਹ 'ਤੇ ਪੈ ਗਿਆ। ਆਉਣ ਵਾਲੇ ਸਮੇਂ 'ਚ ਕੀ ਹਾਲਾਤ ਹੋਣਗੇ ਦਿਖਾਉਂਦੇ ਰਹਾਂਗੇ, ਬਣੇ ਰਹੋ ਡੀ5 ਦੇ ਚੈਨਲ ਦੇ ਨਾਲ। ਇਕਬਾਲ ਸਿੰਘ ਫਕੌੜਾ ਸਰੂਪ। 389(1) CRPC ਦੇ ਵਿੱਚ ਸਟੇਅ ਆਫ ਕਨਵਿਕਸ਼ਨ ਦੀ ਐਪਲੀਕੇਸ਼ਨ ਸੀ ਸ਼੍ਰੀ ਅਮਨ ਅਰੋੜਾ ਜੀ ਦੀ, ਜਿਹਦੇ ਵਿੱਚ ਅਸੀਂ ਰਿਸਪੋਂਡੈਂਟ ਸੀ, ਅਸੀਂ ਸ਼੍ਰੀ ਰਜਿੰਦਰ ਜੀ ਪਾ ਵੱਲੋਂ ਕੌਂਸਲ ਹੈਗੇ ਹਾਂ। ਉਹਨਾਂ ਨੇ ਕੌਂਸਲ ਨੇ ਆਰਗਿਊ ਕਰਤਾ, ਉਦੋਂ ਅਸੀਂ ਆਰਗਿਊ ਕਰਤਾ, ਹੁਣੇ ਸਮਾਪਤ ਹੋਏ ਨੇ ਆਰਗੂਮੈਂਟਸ ਅਤੇ ਕੱਲ੍ਹ ਫੈਸਲੇ ਵਾਸਤੇ ਜੱਜ ਸਾਹਿਬ ਨੇ ਮੈਟਰ ਨੂੰ ਪੋਸਟ ਕਰ ਦਿੱਤਾ। ਸਰ, ਇਹ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਈਆਂ ਨੇ ਦੋਨੇ ਧਿਰਾਂ ਵੱਲੋਂ? ਉਹਦੇ ਵਿੱਚ ਉਹਨਾਂ ਨੇ ਆਨਰੇਬਲ ਸੁਪਰੀਮ ਕੋਰਟ ਜਾਂ ਆਨਰੇਬਲ ਹਾਈ ਕੋਰਟ ਦੇ ਜੱਜਮੈਂਟਸ ਦਿੱਤੀਆਂ, ਸਟੈਚੂਟ 'ਤੇ ਆਰਗਿਊ ਕੀਤਾ, ਸੀ ਵੀ ਕੀਤਾ, ਕਲੈਰੀਫਾਈ ਕੀਤਾ ਸਰ। ਹਾਂਜੀ, ਅਤੇ ਕੱਲ੍ਹ ਜੱਜਮੈਂਟ ਆਏਗੀ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦਲੀਲਾਂ ਹੋ ਸਕਦੀਆਂ? ਦਲੀਲਾਂ ਜੀ, ਉਹਦੇ ਵਿੱਚ ਤਾਂ ਇਹ ਹੈਗਾ ਕਿ ਸਟੇਅ ਆਫ ਕਨਵਿਕਸ਼ਨ ਹੋ ਨਹੀਂ ਸਕਦੀ ਐਟ ਦਿਸ ਸਟੇਜ ਜੀ। ਜਿਹੜੇ ਜਿਹੜੇ ਆਸਪੈਕਟਸ ਹੈਗੇ, ਲੀਗਲ ਆਸਪੈਕਟਸ ਵੀ ਹੈ ਉਹਦਾ, ਉਹਨਾਂ ਦਾ ਕੰਡਕਟ ਵੀ ਹੈ, ਉਹਨਾਂ ਦੇ ਖਿਲਾਫ਼ ਕੁਝ ਕੇਸਿਸ ਵੀ ਸਨ, ਉਹਦਾ ਸਾਰਾ ਬੇਸਿਸ ਦੇਖ ਕੇ ਸਟੇਅ ਆਫ ਕਨਵਿਕਸ਼ਨ ਨਹੀਂ ਬਣਦੀ, ਅਸੀਂ ਇਹ ਆਰਗੂ ਕੀਤਾ ਹੈਗਾ। ਉਹਨਾਂ ਨੇ ਕਿਹਾ ਕਿ ਸਟੇਅ ਆਫ ਕਨਵਿਕਸ਼ਨ ਕੀਤਾ ਜਾਏ। ਤੁਹਾਨੂੰ ਕੀ ਲੱਗਦਾ ਜੀ ਇੰਨਾ ਲੰਬਾ ਚੱਲੇ ਸਾਡੇ ਦਾ ਜੀ? ਆਨਰੇਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਫੈਸਲਾ, ਅਸੀਂ ਸਾਰਿਆਂ ਨੇ ਆਰਗੂ ਕਰਤਾ ਵੀਵਰ ਦੇ, ਅਤੇ ਹੁਣ ਅਸੀਂ ਬਾਹਰ ਆਏ ਹੈਗੇ ਹਾਂ, ਅਤੇ ਹੁਣ ਕੱਲ੍ਹ ਜਦੋਂ ਫੈਸਲਾ ਆਏਗਾ ਉਦੋਂ ਹੀ ਪਤਾ ਲੱਗੇਗਾ। ਇਸ ਤਰ੍ਹਾਂ ਸਰ ਪਹਿਲੀ ਵਾਰ ਹੋਇਆ ਜੀ, 10:30 ਵਜੇ ਤੋਂ ਲੈ ਕੇ ਹੁਣ 7 ਵੱਜ ਚੁੱਕੇ ਨੇ ਜੀ, ਇਹ ਆਪਾਂ ਸੰਗਰੂਰ ਦੀ ਗੱਲ ਕਰੀਏ ਜੀ, ਕੋਈ ਕਹੇ ਜੇ ਤਾਂ ਜ਼ਿੰਦਗੀ ਦਾ ਕੇਸ ਹੁੰਦਾ ਹੁੰਦਾ ਜੀ, ਲਾਈਫ 'ਚ ਹੁੰਦਾ ਚੱਲਦਾ। ਕੀ ਲੱਗਦਾ ਜੀ ਤੁਸੀਂ? ਦੇਖੋ ਜੀ, ਅਸੀਂ ਕੁਛ ਪਹਿਲਾਂ ਇਹ ਨਹੀਂ ਕਹਿ ਸਕਦੇ, ਅਸੀਂ ਇਹ ਕਹਿੰਦੇ ਹਾਂ ਡਿਸਮਿਸ ਹੋਣੀ ਚਾਹੀਦੀ ਐਪਲੀਕੇਸ਼ਨ ਵਾਸਤੇ ਹੀ ਕਹਿ ਆਏ ਹੈਗੇ ਹਾਂ ਜੀ ਜੀ ਜੀ, ਅਤੇ ਉਹਨਾਂ ਨੇ ਕਿਹਾ ਕਿ ਲਾਓ ਹੋਣੀ ਚਾਹੀਦੀ ਹੈ, ਠੀਕ ਹੈ ਸਰ, ਅਤੇ ਲਾਓ ਗਗਨ ਪ੍ਰਦੀਪ ਸਿੰਘ ਬਲ ਹਾਂਡਾ ਸਾਹਿਬ ਨਾਲ ਨੇ, ਵਿਸ਼ੇਸ਼ ਸਾਹਿਬ ਨੇ, ਅਫਸਰ ਸੀਬੀਆਈ ਸਾਹਿਬ ਨੇ, ਆਪਣੇ ਵਿਸ਼ੇਸ਼ ਸਾਹਿਬ ਨੇ, ਵੀ ਆਰ ਆਲ ਦੇਅਰ, ਅਤੇ ਉਹਨਾਂ ਵੱਲੋਂ ਆਰ ਐਸ ਚੀਮਾ ਸਾਹਿਬ ਸੀਗੇ, ਅਤੇ ਸਰਤੇਜ ਨਦੂਲਤ ਜੀ ਵੀ ਸੀਗੇ, ਅਤੇ ਗਰੇਵਾਲ ਸਾਹਿਬ ਸੀ, ਬੜੇ ਆਪਣੇ ਉਹਨਾਂ ਦੇ ਵੀ ਕਾਉਂਸਲ ਸੀ, ਅਸੀਂ ਵੀ ਸਾਰੇ ਉੱਥੇ ਸੀ। 15 ਤਰੀਕ ਦਾ ਨੋਟਿਸ ਹੋਇਆ ਸੀ, 15 ਤਰੀਕ ਨੂੰ ਅਸੀਂ ਪੇਸ਼ ਹੋਏ, ਅਸੀਂ ਮਾਨਯੋਗ ਅਦਾਲਤੀਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਰਿਪਲਾਈ ਕਰਨ ਦਾ ਟਾਈਮ ਮਿਲਣਾ ਚਾਹੀਦਾ, ਪਰ ਸਮਹਾਓ ਕੋਸ਼ਿਸ਼ ਸੀ ਕਿ ਇੰਟਰਮ ਬੇਲ, ਇੰਟਰਮ ਆਰਡਰ ਦੀ, ਇੰਟਰਮ ਸਟੇਅ ਦੀ ਦੂਸਰੀ ਪਾਰਟੀ ਵੱਲੋਂ ਪ੍ਰੈਸ ਕੀਤਾ ਜਾ ਰਿਹਾ ਸੀ, ਅਤੇ ਅਸੀਂ ਹਾਈ ਕੋਰਟ ਚਲੇ ਗਏ ਸੀ, ਪਰ ਹਾਈ ਕੋਰਟ ਨੇ ਅੱਜ ਸਾਨੂੰ 5 ਦਿਨਾਂ ਦਾ ਟਾਈਮ ਮਿਲਿਆ, ਔਰ ਸਾਨੂੰ ਰਿਪਲਾਈ ਕਰਨ ਦਾ ਵੀ ਟਾਈਮ ਮਿਲਿਆ, ਉਹਨਾਂ ਨੇ ਰੀਜੁਆਇੰਟਰ ਵੀ ਦਿੱਤਾ, ਕੁਛ ਉਹਨਾਂ ਨੇ ਸੁਪਰੀਮ ਕੋਰਟ ਦੀਆਂ, ਹਾਈ ਕੋਰਟ ਦੀਆਂ ਜਿਹੜੀਆਂ ਜੱਜਮੈਂਟ ਸੀਗੀਆਂ ਉਹਨਾਂ ਨੂੰ ਕੋਟ ਕੀਤਾ, ਉਹਨਾਂ ਦਾ ਰੀਜੁਆਇੰਟਰ ਜਵਾਬ ਅੱਜ ਦਿੱਤਾ, ਇੱਕ ਇੱਕ ਕਰਕੇ ਉਹਨੂੰ ਬਿਲਕੁਲ ਡਿਸਮੈਂਟਲ ਕੀਤਾ ਸਾਡੇ ਐਡਵੋਕੇਟਸ ਨੇ। ਅਸੀਂ ਸੈਟਿਸਫਾਈਡ ਹਾਂ, ਜੋ ਸਾਡਾ ਅੱਜ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ, ਬਿਲਕੁਲ ਬਹੁਤ ਰੇਅਰ ਔਰ ਦਾ ਰੇਅਰ ਕੇਸਿਸ ਦੇ ਵਿੱਚ ਸਟੇਅ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਕਨਵਿਕਸ਼ਨ ਹੈ, ਬਾਕੀ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ। ਅੱਜ ਉਹਨਾਂ ਨੇ ਵੀ ਸਵੇਰੇ 10:15 ਤੋਂ ਲੈ ਕੇ ਹੁਣ 7 ਵਜੇ ਬਹੁਤ ਪੇਸ਼ੈਂਸ ਨਾਲ ਬੜਾ ਸੁਣਿਆ, ਦੋਵਾਂ ਪਾਰਟੀਆਂ ਨੂੰ ਸੁਣਿਆ, ਬਾਕੀ ਫੈਸਲਾ ਉਹ ਕੱਲ੍ਹ ਕਰਨਗੇ। ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ, ਸੱਚ ਦੀ ਜਿੱਤ ਹੁਣ ਵੀ ਹੋ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ
ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।